स्वागत है थोड़ा साढ़े यूट्यूब चैनल पर। मैं हाँ गरुषा। अज मैं छोटे बच्चों वास्ते ना कुछ अट्रैक्टिव जी चीज़ लैके आई हाँ खेलन वास्ते, जिद नाल एक तो वो म्यूजिक सीखे, दूसरा कलर सीखे, तो कुछ टॉय है पूरा पुल करके भी वो खेलन भी बहुत। मैं थोड़े वास्ते लैके आई सी, मैं चलो मैं तुम्हें शेयर करा। यह है एक जाइलोफोन, आ देखो पांडा कंपनी है, तो बनिया भी पांडा ही होया। जाइलोफोन हैगा, ਇਹਦੀਆਂ ਮੈਂ ਇੰਸਟਰਕਸ਼ਨ ਤੁਹਾਨੂੰ ਦੱਸ ਦਿੰਦੀ ਹਾਂ ਕਿ ਹੈਂਡ ਸਕਿੱਲ ਹੈਗੀ ਆ, ਮਿਊਜ਼ਿਕ ਸਾਊਂਡ ਹੈ, ਕਲਰਫੁੱਲ ਹੈ, ਠੀਕ ਹੈ। ਬਾਕੀ ਪੁੱਲ ਐਂਡ ਟਿਊਨ ਆ, ਪੁੱਲ ਟਵਾਇਆ ਮੈਂ ਤੁਹਾਨੂੰ ਇਹ ਚੀਜ਼ ਪਹਿਲਾਂ ਹੀ ਦੱਸ ਦਿੱਤੀ ਸੀਗੀ। ਚਲੋ ਹੁਣ ਮੈਂ ਇਹਨੂੰ ਅਨਬੋਕਸਿੰਗ ਕਰਦੀ ਹਾਂ। ਦੇਖੋ ਬਲੂ ਕਲਰ ਹੈ, ਬੱਚਿਆਂ ਦਾ ਫੇਵਰੇਟ ਕਲਰ। ਇਹਦੇ ਨਾਲ ਨਾ ਦੋ ਸਟਿਕਸ ਮਿਲਦੀਆਂ ਨੇ। ਆ ਦੇਖੋ ਇਹਦੇ ਨਾਲ ਦੋ ਸਟਿਕਸ ਮਿਲਦੀਆਂ ਨੇ, ਐਡਰੈਕਟ ਸਟਿਕਸ ਦੇ ਨਾਲ ਹੀ ਅਸੀਂ ਅਪਲਾਈ ਕਰਨਾ ਅਤੇ ਇਹਨੂੰ ਦੇਖੋ ਇਹਦੇ ਨਾਲ ਸਾਨੂੰ ਇਹ ਬੈਨੀਫਿਟ ਹੈ ਕਿ ਪੇਰੈਂਟਸ ਨੂੰ ਬੜਾ ਈਜ਼ੀ ਹੋ ਜਾਏਗਾ ਬੱਚਿਆਂ ਨੂੰ ਕਲਰ ਸਿਖਾਉਣਾ, ਮਿਊਜ਼ਿਕ ਸਿਖਾਉਣਾ, ਬੱਚਿਆਂ ਦੇ ਹੈਂਡ ਸਕਿੱਲਸ, ਮਤਲਬ ਉਹਨਾਂ ਦੇ ਯੂਜ਼ ਹੋ ਜਾਣਗੇ ਉਹਨਾਂ ਦੀਆਂ ਹੈਂਡਸ, ਕਿ ਫਿੰਗਰਸ ਕਿੱਦਾਂ ਅਸੀਂ ਕਿਸੇ ਸਟਿੱਕ ਨੂੰ ਪਕੜਨਾ, ਉਹਨੂੰ ਅਸੀਂ ਕਿਸ ਤਰ੍ਹਾਂ ਚਲਾਉਣਾ। ਅੱਗੇ ਅਸੀਂ ਕਈ ਬੱਚਿਆਂ ਦਾ ਸ਼ੌਂਕ ਹੁੰਦਾ ਮਿਊਜ਼ਿਕ ਵਿੱਚ ਜਾਣ ਦਾ, ਉਹਨਾਂ ਨੂੰ ਡਰਮਸ ਵਜਾਉਣ ਦੀ ਆ ਜਾਂਦੀ ਹੈ, ਸਕਿਲਿੰਗ ਹੋ ਜਾਂਦੀ ਉਹਨਾਂ ਨੂੰ। ਦੂਸਰੀ ਗੱਲ ਇਹਦਾ ਬੈਨੀਫਿਟ ਇਹ ਹੈਗਾ ਕਿ ਇਹ ਇੱਕ ਪੁੱਲ ਟੋਏ ਆ। ਇਹ ਦੇਖੋ ਇਹਦੇ ਪਿੱਛੇ ਟਾਇਰਸ ਲੱਗੇ ਹੋਏ ਨੇ, ਟਾਇਰਸ ਲੱਗੇ ਹੋਏ ਨੇ। ਮੈਂ ਤੁਹਾਨੂੰ ਪੁੱਲ ਕਰਕੇ ਦਿਖਾਉਂਦੀ ਹਾਂ। ਬੱਚੇ ਇਹਦੇ ਨਾਲ ਮਿਊਜ਼ਿਕ ਤਾਂ ਸਿੱਖਣਗੇ, ਕਲਰਸ ਵੀ ਸਿੱਖਣਗੇ, ਬਾਕੀ ਇਹਨੂੰ ਪੁੱਲ ਵੀ ਕਰਨਗੇ। ਇਹ ਕਾਫੀ ਈਜ਼ੀ ਹੈ ਅਤੇ ਮਾਰਕੀਟ ਦੇ ਵਿੱਚ ਅਵੇਲੇਬਲ ਤਾਂ ਹੈਗਾ, ਮੈਨੂੰ ਤਾਂ ਬੜੀ ਜਲਦੀ ਅਵੇਲੇਬਲ ਮਿਲ ਗਿਆ ਹੋ ਗਿਆ ਸੀਗਾ। ਬਾਕੀ ਤੁਸੀਂ ਵੀ ਟਰਾਈ ਕਰੋ ਇੱਕ ਵਾਰੀ। ਇਹਦੇ ਨਾਲ ਥਰੈਡ, ਇਹ ਵਾਲਾ ਵੱਖਰਾ ਥਰੈਡ ਲੱਗਾ ਹੋਇਆ, ਇਹ ਵਾਲਾ ਵੱਖਰਾ ਥਰੈਡ ਲੱਗਾ ਹੋਇਆ, ਜਿਹਦੇ ਨਾਲ ਸਟਿਕਸ ਹੋਲਡ ਨੇ, ਇੱਕ ਥਰੈਡ ਲੱਗਾ ਹੋਇਆ ਜਿਹਦੇ ਨਾਲ ਬੱਚੇ ਜਿਹੜਾ ਪੁੱਲ ਕਰਕੇ ਜਾਣਗੇ ਟੋਏ ਨੂੰ। ਅਤੇ ਬੜਾ ਵਧੀਆ ਹੈਗਾ, ਇਹਦੇ ਕਲਰਸ ਵੀ ਦੇਖੋ, ਅਟਰੈਕਟਿਵ ਕਲਰ ਹੈ, ਪਾਂਡਾ ਕਲਰ ਵੀ ਬਲੂ ਕਲਰ ਦਾ ਬਣਿਆ, ਬੜਾ ਅਟਰੈਕਟਿਵ ਕਲਰ ਹੈ। ਬਾਕੀ ਜਿਹੜੇ ਇਹਦੇ ਜ਼ਾਇਲੋਫੋਨ ਦੇ ਕਲਰਸ ਨੇ ਉਹ ਵੀ ਬੜੇ ਅਟਰੈਕਟਿਵ ਨੇ, ਈਜ਼ੀਲੀ ਬੱਚੇ ਸਿੱਖ ਜਾਣਗੇ, ਕਲਰਸ ਵੀ ਸਿੱਖ ਜਾਣ। ਇਹ ਇੱਕ ਛੋਟੇ ਬੱਚੇ ਦਾ ਇੱਕ ਖਿਡੌਣਾ ਵੀ ਬਣ ਗਿਆ, ਜਿਹਨੂੰ ਅਸੀਂ ਕਹਿੰਦੇ ਹਾਂ ਪੁੱਲ ਟੋਏ। ਅਤੇ ਅਗਰ ਬੱਚਾ ਖੇਲ ਕੇ ਥੱਕ ਚੁੱਕਾ, ਤੁਸੀਂ ਇਹਨੂੰ ਐਜ਼ ਅ ਸ਼ੋਪੀਸ ਵੀ ਲਗਾ ਸਕਦੇ ਹੋ, ਗਿਫਟ ਵੀ ਕਿਸੇ ਨੂੰ ਕਰ ਸਕਦੇ ਹੋ। ਬੱਚੇ ਦੀ ਛੋਟੀ ਕਾਰ ਵੀ ਹੋ ਗਈ, ਹੈ ਨਾ, ਟੈਡੀ ਬੇਅਰ ਬਣਿਆ, ਚਾਹੇ ਬੱਚਿਆਂ ਨੂੰ ਤਾਂ ਕਾਰ ਹੀ ਲੱਗਣੀ ਹੈ, ਹਰ ਚੀਜ਼ ਆਪਣੀ ਕਾਰ ਹੀ ਲੱਗਣੀ ਹੈ, ਕਿ ਪੁੱਲ ਟੋਏ ਹੈਗਾ, ਪੁੱਲ ਉਹ ਕਰ ਸਕਦਾ, ਅਤੇ ਮਿਊਜ਼ਿਕ ਵੀ ਸਿੱਖ ਸਕਦਾ, ਸ਼ੋਪੀਸ ਵੀ ਬਹੁਤ ਵਧੀਆ ਲੱਗ ਸਕਦਾ, ਅਤੇ ਤੁਸੀਂ ਕਿਸੇ ਨੂੰ ਗਿਫਟ ਵੀ ਕਰ ਸਕਦੇ ਹੋ। ਮੈਂ ਇੱਦਾਂ ਦੀ ਹੋਰ ਵੀਡੀਓਜ਼ ਲੈ ਕੇ ਆਵਾਂਗੀ ਤੁਹਾਡੇ ਸਾਰਿਆਂ ਵਾਸਤੇ ਅਨਬੋਕਸਿੰਗ ਕਰਨ ਵਾਸਤੇ। ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਤਾਂ ਕਾਇੰਡਲੀ ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰੋ। ਥੈਂਕ ਯੂ।